ਇਹ ਪੋਲੀਟੀਕਲ ਪਾਰਟੀਆਂ ਨੇ ਨਾ ਜਿਹੜੀਆਂ, ਇਹ ਮਾਫੀਆ ਗਰੁੱਪ ਨੇ ਯਾਰ। ਇਹਨਾਂ ਮਾਫੀਆ ਗਰੁੱਪਾਂ ਦੇ ਖਿਲਾਫ ਇੱਕ ਆਪਦਾ ਬੰਦਾ ਵੀ ਖੜਾ ਕਰੋ। ਬੀਬੀ ਖਾਲੜਾ ਜੀ ਨਾਲ ਵੀ ਗੱਲ ਕਰ ਰਹੇ ਹਾਂ, ਭਾਈ ਬੇਅੰਤ ਸਿੰਘ ਉਹਨਾਂ ਦਾ ਬੇਟਾ ਜਾਂ ਬੇਟੀ ਉਹਨਾਂ ਨਾਲ ਰਾਬਤਾ ਕਰ ਰਹੇ ਹਾਂ, ਉਹਨਾਂ ਨੂੰ ਹੱਥ ਜੋੜ ਰਹੇ ਹਾਂ ਵੀ ਤੁਸੀਂ ਖੜੋ। ਸੁਹਿਰਦ ਬੰਦਾ ਜਿਹੜਾ ਹੈਗਾ ਇੱਕ ਥਾਂ 'ਤੇ ਖੜਾ ਕਰ ਲਈਏ, ਉਹ ਇੱਕੋ ਹੀ ਵਾਅਦਾ ਕਰਦੇ ਬਸ ਵੀ ਅਗਲੀ ਆਉਣ ਵਾਲੀ ਸਰਕਾਰ ਯਾਰ ਤੁਹਾਨੂੰ ਇਮਾਨਦਾਰਾਂ ਦੀ ਬਣਾ ਕੇ ਦੇ ਦਿਆਂਗੇ, ਪਿੰਡ ਪਿੰਡ ਕਮੇਟੀਆਂ ਬਣਾ ਦਿਆਂਗੇ। ਮੈਂ ਕਹਿੰਦਾ ਜੇ 13 ਦੀਆਂ 13 ਨਾਲ ਪੰਜਾਬ 'ਚੋਂ ਜਿੱਤੀਆਂ ਤਾਂ ਕਹਿ ਦਿਓ ਜੀ, ਅਤੇ ਜੇ ਲੋਕ ਸਭਾ ਤਾਂ 500-700 ਬੰਦਾ ਜੁੜ ਕੇ ਫੈਸਲਾ ਕਰੇ, ਪਰ ਫੈਸਲਾ ਮੈਰਿਟ ਦੇ ਆਧਾਰ 'ਤੇ ਹੋਣਾ ਚਾਹੀਦਾ। ਇਹ ਨਹੀਂ ਵੀ ਰਾਜੇਵਾਲ ਹੁਰੀ ਆ ਗਏ ਅਤੇ ਸਭ ਤੋਂ ਪਹਿਲਾਂ ਆਪਦੀ ਟਿਕਟ ਅਨਾਊਂਸ ਕਰ ਲਈ, ਇੱਦਾਂ ਨਹੀਂ। ਕਿਹੜੀ ਪਾਰਟੀ ਦਾ ਮਤਲਬ ਗਠਨ ਕੀਤਾ ਗਿਆ ਜੀ, ਕੀ ਨਾਮ ਆ ਉਹਦਾ? ਦੇਖੋ ਪਾਰਟੀ ਤਾਂ ਬਣਾਈ ਹੈ ਸ਼ੇਰੇ ਪੰਜਾਬ ਅਕਾਲੀ ਦਲ। ਤੈਨੂੰ ਦਿੱਲੀਏ ਨਹੀਂ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਪਰ ਕਿਸਾਨ ਫੈਸਲੇ ਕਿੱਥੇ ਕਰੂਗਾ, ਸੜਕ 'ਤੇ ਬਹਿ ਕੇ ਜਾਂ ਉੱਥੇ ਕਰੂਗਾ ਜਿੱਥੇ ਫੈਸਲੇ ਹੁੰਦੇ ਆ? ਚੰਡੀਗੜ੍ਹ ਮੋਰਚਾ ਸੀ ਬੰਦੀ ਸਿੰਘਾਂ ਦਾ, ਉਹਦਾ ਹੁਣ ਲੋਕਾਂ ਦੇ ਵਿੱਚ ਸਵਾਲ ਆ ਕਿ ਉਹਦਾ ਕੀ ਚੱਲ ਰਿਹਾ ਜੀ, ਬੜਾ ਲੰਮਾ ਸਮਾਂ ਹੋ ਗਿਆ ਲੱਗੇ। ਸਰਕਾਰ ਨੇ ਉਹਨੂੰ ਮੋਰਚੇ ਨੂੰ ਤਾਰ ਪੀਡੋ ਕਰਤਾ, ਆਪਦੇ ਬੰਦੇ ਕੁਛ ਇਹੋ ਜਿਹੇ ਵਾਰਡ 'ਤੇ ਰੋਜ਼, ਹਰ ਰੋਜ਼ ਉੱਥੇ 10 ਤਾਂ ਮੋਬਾਈਲ ਹੀ ਚੋਰੀ ਹੁੰਦੇ ਸੀ। ਉੱਥੇ ਇੱਕ ਮੋਚੀ ਸਿੰਘ ਬੈਠਾ ਸੀ, ਉਹ ਹਰੇਕ ਕਿਸਾਨ ਜਥੇਬੰਦੀ ਵਾਲਿਆਂ ਨੂੰ ਕਹਿੰਦਾ ਸੀ ਝੰਡਾ ਇੱਥੇ ਰੱਖ ਦਿਓ, ਤੁਸੀਂ ਝੰਡਾ ਨਹੀਂ ਅੰਦਰ ਲੈ ਕੇ ਜਾਣਾ। ਉੱਥੇ ਫਿਰ ਕਿਸਾਨ ਆਉਣੋਂ ਹਟ ਗਏ। ਮਾਫੀਆ ਗਰੁੱਪ ਆਪਦਾ ਇੱਕ ਬੰਦਾ ਉਤਾਰਨਗੇ, ਇੱਕ ਬੰਦਾ ਆਪਾਂ ਲੋਕਾਂ ਵੱਲੋਂ ਉਤਾਰਾਂਗੇ, ਔਰ ਉਸ ਬੰਦੇ ਦੀ ਇਲੈਕਸ਼ਨ ਅਸੀਂ 50,000 ਰੁਪਈਏ ਇਕੱਠੇ ਕਰਕੇ ਲੜਾਂਗੇ। ਆਪਾਂ ਕਿੱਡੇ ਕਿੱਡੇ ਲੰਗਰ ਲਾ ਦਿੰਦੇ ਹਾਂ, ਕਿੱਡੇ ਕਿੱਡੇ ਗੁਰੂ ਘਰ ਅਸਾਰ ਦਿੰਦੇ ਹਾਂ, ਕਿੰਨਾ ਕਿੰਨਾ ਦਾਨ ਕਰ ਦਿੰਦੇ ਹਾਂ। ਤੁਸੀਂ ਇੱਕ ਹੰਕਾਰ ਤਾਂ ਭਰੋ, ਇੱਕ ਪ੍ਰੋਗਰਾਮ ਬਣਾਓ ਕਿ ਪੰਜਾਬ ਨੂੰ ਚਾਹੀਦਾ ਕੀ। ਹੁਣ ਸਿਰਹਾਣੇ ਥੱਲੇ ਬਾਹਰ ਰੱਖ ਕੇ ਆਪਾਂ ਇਕੱਲਾ ਭਾਸ਼ਣ ਹੀ ਦੇਈ ਜਾਂਦੇ ਹਾਂ, ਗੱਲਾਂ ਹੀ ਕਰੀ ਜਾਂਦੇ ਹਾਂ। ਤੁਸੀਂ ਮੈਨੂੰ ਵੀ ਕਹਿ ਸਕਦੇ ਹਾਂ ਵੀ ਮੈਂ ਭਾਸ਼ਣ ਦਿੱਤਾ, ਪਰ ਮੈਂ ਪੰਜਾਬ ਦਾ 2000 ਪਿੰਡ ਕੱਢਿਆ, ਸਰਕਾਰੀ ਨੌਕਰੀ 11 ਸਾਲ ਰਹਿੰਦਿਆਂ ਛੱਡੀ ਹੈ। ਸਰਕਾਰਾਂ ਨੇ ਇਨਸਾਫ ਨਹੀਂ ਦੇਣਾ, ਨਾ ਫਸਲਾਂ ਦੇ ਭਾਅ, ਨਾ ਬੰਦੀ ਸਿੰਘ ਰਿਹਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਇੱਕੋ ਇੱਕ ਹੈ, ਪੰਜਾਬ ਨੂੰ ਇਨਸਾਫ ਨਾ ਦਿਓ, ਇਹਨਾਂ ਨੂੰ ਸੜਕਾਂ 'ਤੇ ਹੀ ਰੱਖੋ। 12 ਮਹੀਨੇ 30 ਦਿਨ 365 ਦਿਨ ਪੂਰਾ ਸਾਲ ਧਰਨੇ ਲੱਗੇ ਹੈ, ਔਰ 25 ਸਾਲਾਂ ਤੋਂ ਲੱਗਦੇ ਆ ਰਹੇ ਆ। ਪਰ ਕਦੇ ਅਸੀਂ ਸੋਚਾਂਗੇ ਕਿ ਬੇਈਮਾਨ ਪਾਰਟੀਆਂ ਦੁਆਰਾ ਖੜ੍ਹੇ ਕੀਤੇ ਗਏ ਬੇਈਮਾਨ ਬੰਦਿਆਂ ਨੂੰ ਹੀ ਅਸੀਂ ਵਾਰ ਵਾਰ ਚੁਣੀ ਜਾਵਾਂਗੇ? ਲੋਕਵਾਚ ਟੀਵੀ ਨਾਲ ਜੁੜੇ ਤੁਸੀਂ, ਮੈਂ ਹਮਤਾਲ ਜੀ ਧਰਨੇ ਦੇ ਵਿੱਚ ਪਹੁੰਚਣੇ ਲੋਕ ਅਧਿਕਾਰ ਲਹਿਰ ਤੋਂ ਬਲਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਲੋਕ ਸਭਾ ਚੋਣਾਂ ਦੀ ਵੀ ਆਪਾਂ ਵਿੱਚ ਗੱਲ ਕੀਤੀ ਕਿ ਚੋਣਾਂ ਨਜ਼ਦੀਕ ਆ, ਚੋਣਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਜਿਹੜੇ ਆ ਫਰੀਦਕੋਟ ਆਪਾਂ ਹਲਕੇ ਦੇ ਵਿੱਚ ਖੜੇ ਹਾਂ, ਇੱਥੋਂ ਹੁਣ ਤੱਕ 2 ਕਲਾਕਾਰਾਂ ਦਾ ਐਲਾਨ ਕਰ ਦਿੱਤਾ ਗਿਆ, ਕੀ ਲੱਗਦਾ ਵੀ ਕਲਾਕਾਰ ਅਤੇ ਕਲਾਕਾਰ ਐਲਾਨੇ ਜਾ ਰਿਹਾ, ਕੀ ਲੱਗਦਾ ਨਹੀਂ ਕਿ ਸੁਹਿਰਦ ਬੰਦੇ ਦੀ ਵੀ ਲੋੜ ਆ ਇੱਥੋਂ ਐਲਾਨਣ ਦੀ? ਬਿਲਕੁਲ ਸੁਹਿਰਦ ਬੰਦੇ ਦੀ ਲੋੜ ਹੈ, ਪਰ ਸੁਹਿਰਦ ਬੰਦਾ ਹੈ ਕਿਹਦੇ ਕੋਲ? ਮੈਂ ਇੱਥੇ ਲੋਕਾਂ ਦੇ ਨਾਲ ਗੁਫ਼ਤਗੂ ਕੀਤੀ ਸੀ ਅਤੇ ਮੈਂ ਲੋਕਾਂ ਨੂੰ ਪੁੱਛਿਆ ਸੀ ਵੀ ਜਿਹੜੀਆਂ ਪਾਰਟੀਆਂ ਨੇ ਪੰਜਾਬ 'ਤੇ ਰਾਜ ਕੀਤਾ, ਤੁਸੀਂ ਦੱਸ ਸਕਦੇ ਹੋ ਵੀ ਉਹ ਇਮਾਨਦਾਰ ਨੇ? ਲੋਕ ਕਹਿੰਦੇ ਵੀ ਨਹੀਂ ਇਮਾਨਦਾਰ। ਮੈਂ ਕਿਹਾ ਫਿਰ ਜਿਹੜੇ ਬੰਦੇ ਉਹਨਾਂ ਪੋਲੀਟੀਕਲ ਪਾਰਟੀਆਂ ਵੱਲੋਂ ਇਲੈਕਸ਼ਨ ਲੜਨਗੇ ਉਹ ਕਿਵੇਂ ਇਮਾਨਦਾਰ ਹੋਣਗੇ? ਕਿਉਂਕਿ ਹੁਣ ਤੱਕ ਤਾਂ ਕੋਈ ਲੋਕ ਪੱਖੀ ਗੱਲ ਕਰਨ ਵਾਲਾ ਨਾ ਤਾਂ ਰਾਜਸੀ ਪਾਰਟੀ ਪੰਜਾਬ 'ਚ ਆਈ ਹੈ, ਅਤੇ ਨਾ ਹੀ ਕੋਈ ਨੇਤਾ ਅਜਿਹਾ ਆਇਆ ਵੀ ਜਿਹੜਾ ਬਾਂਹ ਫੜਦਾ ਹੋਵੇ ਲੋਕਾਂ ਦੀ। ਠੀਕ ਹੈ, ਜੇ ਕੋਈ ਮਾੜੀ ਮੋਟੀ ਗੱਲ ਕਰਦਾ ਵੀ ਹੈ ਤਾਂ ਉਹਦੇ 'ਤੇ ਸਰਕਾਰ ਮੁਕੱਦਮੇ ਦਰਜ ਕਰਕੇ ਉਹਨੂੰ ਜੇਲ੍ਹ 'ਚ ਡੱਕ ਦਿੰਦੀ ਹੈ, ਜਿਵੇਂ ਸੁਖਪਾਲ ਸਿੰਘ ਖਹਿਰੇ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਨਾ, ਪਹਿਲੀ ਸਰਕਾਰ ਨੇ ਕੀਤਾ। ਉਦੋਂ ਇਹ ਕਹਿੰਦੇ ਸੀ ਵੀ ਇਸ ਸਰਕਾਰ ਨੇ ਝੂਠ ਕੀਤਾ ਕਿਉਂਕਿ ਉਹ ਆਮ ਆਦਮੀ ਪਾਰਟੀ ਸੀ, ਉਸੇ ਮੁਕੱਦਮੇ 'ਚ ਫਿਰ ਉਹਦੇ 'ਤੇ ਕਰਤਾ। ਸੋ ਇਕੱਲਾ ਕਹਿਰਾ ਜੇ ਕੋਈ ਹੈਗਾ ਤਾਂ ਉਹ ਵੀ ਬੇਈਮਾਨ ਪਾਰਟੀਆਂ ਦੇ ਵਿੱਚ ਜਾ ਕੇ ਆਪਦਾ ਵਕਾਰ ਗਵਾ ਰਿਹਾ ਹੈ ਨਾ। ਸੋ ਇਹਦੇ 'ਤੇ ਇੰਨਾ ਹੀ ਹੈ।
ਅੱਜ ਇੱਥੇ ਵਿਚਾਰ ਕੀਤੀ ਸੀ ਵੀ ਆਪਾਂ ਇੱਕ ਗੁਰਦੁਆਰਾ ਪਿੰਡ 'ਚ ਬਣਾਉਂਦੇ ਹਾਂ। ਅੱਜ ਦੀ ਡੇਟ 'ਚ ਵੱਡੇ ਪਿੰਡਾਂ 'ਚ ਬਹੁਤ ਵੱਡੇ ਵੱਡੇ ਗੁਰਦੁਆਰੇ ਆ, ਕਈ ਜਗ੍ਹਾ 'ਤੇ ਨਵੇਂ ਵੀ ਬਣਾਏ ਉਸਾਰੇ ਜਾ ਰਹੇ। ਇੱਕ ਗੁਰਦੁਆਰਾ ਕਰੋੜ ਰੁਪਈਏ 'ਚ ਬਣਦਾ ਘੱਟੋ ਘੱਟ। ਪਿੰਡ ਦੀ ਪੰਚਾਇਤ ਜਾਂ ਪ੍ਰਬੰਧਕ ਗੁਰਦੁਆਰੇ ਕਮੇਟੀ ਵਾਲੇ ਇੱਕ ਕਿੱਲੇ ਦਾ ਪੈਸਾ ਲਾ ਦਿੰਦੇ ਆ ਵੀ 10-10 ਹਜ਼ਾਰ ਰੁਪਈਆ ਕਿੱਲੇ ਨੂੰ ਲਾਤਾ ਜੀ, 5-5 ਲਾਤਾ, ਹੈ ਨਾ, ਤਾਂ ਉਹ ਬਹੁਤ ਜਲਦੀ ਉਸਾਰੀ ਹੋ ਜਾਂਦੀ ਹੈ। ਠੀਕ ਹੈ, ਗੁਰਦੁਆਰੇ ਦੇ ਵਿੱਚ ਜ਼ਮੀਰ ਬਣਦੀ ਹੈ, ਮਤਲਬ ਬੰਦੇ ਨੂੰ ਜਿਉਣਾ ਕਿਵੇਂ ਹੈ, ਤੁਹਾਡਾ ਸਦਾਚਾਰ ਕਿਵੇਂ ਕਾਇਮ ਹੋ ਸਕਦਾ ਹੈ, ਠੀਕ ਹੈ, ਤੁਸੀਂ ਧਰਮ ਦੀ ਰਾਹ 'ਤੇ ਕਿਵੇਂ ਚੱਲ ਸਕਦੇ ਹੋ, ਗੁਰੂ ਘਰ 'ਚ ਉਹ ਬਣਦਾ। ਅਤੇ ਤਕਦੀਰ ਬਣਦੀ ਹੈ ਸੰਸਦ 'ਚ ਜਾਂ ਵਿਧਾਨ ਸਭਾ 'ਚ, ਉੱਥੇ ਬੰਦਾ ਭੇਜਣ ਵਾਸਤੇ ਵੀ ਪੰਚਾਇਤ ਕਦੇ ਅਨਾਊਂਸਮੈਂਟ ਕਰੂਗੀ, ਕੋਈ ਕਮੇਟੀ ਉੱਠੂਗੀ ਪਿੰਡ 'ਚ ਕਿ ਨਹੀਂ ਉੱਠੂਗੀ ਵੀ ਆਓ ਯਾਰ ਆਪਾਂ ਇੱਕ ਬੰਦਾ ਚੁਣਨਾ, ਹੈ ਨਾ। ਅਤੇ ਖਰਚਾ ਕਿੰਨਾ ਆਉਣਾ ਗੁਰਦੁਆਰੇ 'ਚ, ਮੰਨ ਲਓ ਵੀ ਆਪਾਂ ਮੱਛੀ ਮੋਟਰ ਪਾਉਣੀ ਹੈ, ਇੱਕ 1-1.5 ਲੱਖ ਰੁਪਈਆ ਇੱਕ ਪਿੰਡ ਇਕੱਠਾ ਕਰ ਲਏ, ਅਤੇ ਘਰ ਨੂੰ ਕਿੰਨੇ ਕਿੰਨੇ ਆਉਣੇ ਹੈ, 500-500 ਰੁਪਈਆ ਆਉਣਾ। ਕੀ ਅਸੀਂ ਤਕਦੀਰ ਲਿਖਣ ਵਾਲਾ ਵੀ ਕਦੇ ਚੰਗਾ ਚੁਣਾਂਗੇ ਕਿ ਨਹੀਂ ਚੁਣਾਂਗੇ? ਆਹ ਹੁਣ ਜੈਤੋ ਦੀ ਮੰਡੀ ਦੇ ਬਿਲਕੁਲ ਸੜਕ ਦੇ ਵਿਚਾਲੇ ਧਰਨਾ ਲੱਗਿਆ ਹੋਇਆ, ਕਿਸਾਨ ਵੀ ਸੜਕ 'ਤੇ ਹੈ, ਕੋਈ ਬੇਰੁਜ਼ਗਾਰ ਮਾਸਟਰ ਵਿਚਾਰੇ ਟੈਂਕੀਆਂ 'ਤੇ ਚੜ੍ਹੇ ਹੋਏ ਆ, ਮਨਰੇਗਾ ਮਜ਼ਦੂਰ ਵੀਡੀਓ ਦਫ਼ਤਰ ਘੇਰ ਰਹੇ ਆ। ਐਵਰੇਜ 150 ਧਰਨਾ ਲੱਗਿਆ ਹੋਇਆ ਪੰਜਾਬ 'ਚ, ਔਰ 12 ਮਹੀਨੇ 30 ਦਿਨ 365 ਦਿਨ ਪੂਰਾ ਸਾਲ ਧਰਨੇ ਲੱਗੇ ਆ, ਔਰ 25 ਸਾਲਾਂ ਤੋਂ ਲੱਗਦੇ ਆ ਰਹੇ ਆ। ਪਰ ਕਦੇ ਅਸੀਂ ਸੋਚਾਂਗੇ ਕਿ ਬੇਈਮਾਨ ਪਾਰਟੀਆਂ ਦੁਆਰਾ ਖੜ੍ਹੇ ਕੀਤੇ ਗਏ ਬੇਈਮਾਨ ਬੰਦਿਆਂ ਨੂੰ ਹੀ ਅਸੀਂ ਵਾਰ ਵਾਰ ਚੁਣੀ ਜਾਵਾਂਗੇ? ਜੇ ਪਾਰਟੀਆਂ ਹੀ ਇਮਾਨਦਾਰ ਨਹੀਂ ਤਾਂ ਉਹਨਾਂ ਵੱਲੋਂ ਲੜਨ ਵਾਲੇ ਬੰਦੇ ਕਿਵੇਂ ਇਮਾਨਦਾਰ ਹੋਣਗੇ? ਹੁਣ ਜਿਹੜਾ 1-2 ਕਰੋੜ ਦੇ ਕੇ ਟਿਕਟ ਲੈਂਦਾ, 2-3 ਕਰੋੜ ਰੁਪਈਆ ਲੈ ਕੇ ਜਿੱਤਦਾ, ਉਹ ਫਿਰ ਤੁਹਾਡੀ ਗੱਲ ਕਿਉਂ ਕਰੂ? ਉਹ ਤਾਂ ਇੱਥੋਂ ਦੇ MLA ਵਾਂਗੂ ਉਹਨੂੰ ਬਚਾਊਗਾ ਜਿਹਨੇ ਉਹਨੂੰ ਕੁਛ ਦਿੱਤਾ ਹੋਊ, ਠੀਕ ਹੈ ਨਾ। ਸੋ ਸਵਾਲ ਇਹ ਹੈ ਕਿ ਗੁਰੂ ਘਰ ਬਣਾਉਣ ਵਾਂਗ, ਮੰਦਰ ਬਣਾਉਣ ਵਾਂਗ, ਮਸਜਿਦ ਬਣਾਉਣ ਵਾਂਗ ਜਿਵੇਂ ਅਸੀਂ ਪੈਸਾ ਇਕੱਠਾ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ MLA ਅਤੇ ਸੰਸਦ ਮੈਂਬਰ ਬਣਾਉਣ ਵਾਸਤੇ ਵੀ ਪੈਸੇ ਇਕੱਠੇ ਕਰਨੇ ਪੈਣਗੇ, ਪਿੰਡ ਪਿੰਡ ਕਮੇਟੀਆਂ ਬਣਾਉਣੀਆਂ ਪੈਣਗੀਆਂ। ਤੁਸੀਂ ਗੱਲ ਕਰ ਰਹੇ ਹੋ ਕਿ ਇੱਥੇ ਕੋਈ ਸੁਹਿਰਦ ਬੰਦਾ, ਸੋ ਲੋੜ ਤਾਂ ਹੈਗੀ ਹੈ, ਪਰ ਜਿੰਨਾ ਚਿਰ ਲੋਕ ਇਸ ਗੱਲ ਦੇ ਪ੍ਰਤੀ ਸੁਹਿਰਦ ਨਹੀਂ, ਉਹਨਾਂ ਚਿਰ ਪੋਲੀਟੀਕਲ ਪਾਰਟੀਆਂ ਤੁਹਾਨੂੰ ਸੁਹਿਰਦ ਬੰਦਾ ਕਿਉਂ ਦੇਣਗੀਆਂ? ਠੀਕ ਹੈ ਨਾ। ਸੋ ਇਹਦੇ ਲਈ ਯਤਨ ਹੋਣੇ ਚਾਹੀਦੇ। ਸਾਡੇ ਕੋਲ ਇੱਕ ਗੱਲ ਆਈ ਹੈ ਕਿ ਤੁਹਾਡੇ ਵੱਲੋਂ ਵੀ ਕੋਈ ਪਾਰਟੀ ਬਣਾਈ ਜਾ ਰਹੀ ਹੈ ਜਾਂ ਬਣਾ ਲਈ ਹੈ? ਦੇਖੋ, ਪਾਰਟੀ ਤਾਂ ਬਣਾ ਲਈ, ਠੀਕ ਹੈ। ਮੈਂ ਤਾਂ ਪਹਿਲਾਂ ਅਪਾਹਜ ਲੋਕਾਂ ਦੀ ਲੜਾਈ ਲੜੀ 2016 'ਚ, ਹੈ ਨਾ, ਪੈਨਸ਼ਨ 250 ਸੀ, ਉਹ 1500 ਕਰਾਈਏ। ਪੈਨਸ਼ਨ ਜਲੀਲ ਕਰਕੇ ਦਿੱਤੀ ਜਾਂਦੀ ਸੀ ਸਰਪੰਚਾਂ ਦੇ ਘਰਾਂ 'ਚ ਜਾ ਕੇ, ਉਹ 250 ਵੀ ਜਿਹੜਾ ਸੀਗਾ, ਸਾਲ 'ਚ 12 ਮਹੀਨੇ ਹੁੰਦੇ ਆ, ਉਹ 4 ਮਹੀਨਿਆਂ ਬਾਅਦ ਪੈਸੇ ਮਿਲਦੇ ਸੀ, ਅਤੇ 12 ਮਹੀਨਿਆਂ 'ਚੋਂ 4 ਦੇ ਸਰਕਾਰ ਖਾ ਜਾਂਦੀ ਸੀ, ਅਤੇ ਸਾਰੇ ਸਰਪੰਚ ਮਾੜੇ ਨਹੀਂ ਹੁੰਦੇ, ਪਰ ਕਈ ਸਰਪੰਚ ਵੀ ਇਹੋ ਜਿਹੇ ਸੀ ਜਿਹੜੇ 4 ਦੇ ਖਾ ਜਾਂਦੇ ਸੀ, ਹੈ ਨਾ। ਉਹਨੂੰ ਆਪਾਂ ਬੈਂਕਾਂ 'ਚ ਕਰਵਾਇਆ, ਲੜਾਈ ਲੜੀ, ਹੈ ਨਾ। ਉਦੋਂ ਬਾਅਦ ਫਿਰ ਅਸੀਂ ਲੋਕ ਅਧਿਕਾਰ ਲਹਿਰ ਬਣਾਈ। ਲੋਕ ਅਧਿਕਾਰ ਲਹਿਰ ਦੇ ਵਿੱਚ ਅਸੀਂ ਇੱਕ ਜਾਗਰੂਕਤਾ ਮੁਹਿੰਮ ਚਲਾਈ। ਮੇਨ ਇਹ ਸੀ ਕਿ ਤੁਸੀਂ ਚੁਣੇ ਹੋਏ ਨੂੰ ਚੁਣਦੇ ਆ, ਪਹਿਲਾਂ ਇੱਕ ਮਤਲਬ ਮਾਫੀਆ ਨੇ, ਇਹ ਪੋਲੀਟੀਕਲ ਪਾਰਟੀਆਂ ਨੇ ਨਾ ਜਿਹੜੀਆਂ, ਇਹ ਮਾਫੀਆ ਗਰੁੱਪ ਨੇ। ਇੱਕ ਕਾਂਗਰਸ ਦਾ ਮਾਫੀਆ, ਇੱਕ ਭਾਜਪਾ ਦਾ ਮਾਫੀਆ, ਇੱਕ ਆਮ ਆਦਮੀ ਪਾਰਟੀ ਦਾ ਮਾਫੀਆ, ਅਤੇ ਇੱਕ ਬਾਦਲਕਿਆਂ ਦਾ ਮਾਫੀਆ, ਠੀਕ ਹੈ। ਉਹ ਤਾਂ ਹੁਣ ਮਾਫੀਏ ਤੋਂ ਵੀ ਗਾਂਹ ਲੰਘ ਗਿਆ। ਕਹਿਣ ਦਾ ਭਾਵ ਇਹ ਹੈ ਵੀ ਪਹਿਲਾਂ ਮਾਫੀਏ ਦਾ ਸਰਦਾਰ ਬੰਦੇ ਚੁਣਦਾ, 117 ਬੰਦੇ ਚੁਣ ਲਏ ਉਹਨੇ, ਮਾਫੀਏ ਦੇ ਸਰਦਾਰ ਨੇ, ਚੁਣੇ ਹੋਏ ਨੂੰ ਅਸੀਂ ਚੁਣ ਦਿੰਦੇ ਹਾਂ, ਠੀਕ ਹੈ ਨਾ। ਇੱਕ ਦੂਜੇ ਦੀਆਂ ਪੱਗਾਂ ਲਾ ਕੇ, ਨਾਰੇ ਲਾ ਕੇ ਸਾਡਾ ਸੰਘ ਸੁੱਕ ਜਾਂਦਾ। ਯਾਰ, ਇਹਨਾਂ ਮਾਫੀਆ ਗਰੁੱਪਾਂ ਦੇ ਖਿਲਾਫ਼ ਇੱਕ ਆਪਦਾ ਬੰਦਾ ਵੀ ਖੜ੍ਹਾ ਕਰੋ, ਠੀਕ ਹੈ। ਇੱਕ ਮਨਰੇਗਾ ਮਜ਼ਦੂਰ
ਆਪ 300 ਰੁਪਏ ਦਿਹਾੜੀ ਦੇ ਵਿੱਚੋਂ 100 ਰੁਪਈਆ ਦੇਵੇ, ਰਕਸ਼ੇ ਵਾਲਾ ਵੀ ਤੁਹਾਨੂੰ 50 ਰੁਪਏ ਦੇਊ। ਪਰ ਇਹ ਕੰਮ ਨਾ ਦੇਖੋ, ਲੋਕਾਂ ਨੇ ਜਿੰਨਾ ਚਿਰ ਇਹਦੇ ਲਈ ਸਹਿਰਦ ਬੰਦੇ ਮੂਹਰੇ ਆ ਕੇ ਹੋਕਾ ਨਹੀਂ ਦਿੰਦੇ, ਉਹਨਾਂ ਚਿਰ ਲੋਕ ਬੇਭਰੋਸਗੀ ਦੇ ਆਲਮ 'ਚ ਗੁਜ਼ਰ ਰਹੇ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਇੱਕ ਸਾਡੇ ਦਿਮਾਗ 'ਚ ਵਾੜ ਦਿੱਤੀ ਗਈ ਹੈ ਗੱਲ ਕਿ ਯਾਰ ਇਹ ਲੋਕ ਤਾਂ ਵਕਾਊ ਹੈ, ਇਹ ਪੈਸੇ ਲੈ ਕੇ ਵੋਟਾਂ ਪਾਉਂਦੇ ਆ, ਗਰੀਬ ਆਦਮੀ 'ਤੇ ਇਹ ਦੂਸ਼ਣ ਲਾਇਆ ਜਾਂਦਾ ਹੈ। ਠੀਕ ਹੈ, ਇਹ ਸਮਝਣ ਵਾਲੀ ਗੱਲ ਹੈ ਕਿ ਉਹ ਵਕਾਊ ਨਹੀਂ ਹੈਗੇ, ਉਹ ਸਮਝਦਾਰ ਹੈ। ਉਹਨਾਂ ਨੂੰ ਪਤਾ ਵੀ ਇੱਧਰ ਵੀ ਚੋਰ ਖੜ੍ਹਾ, ਇੱਧਰ ਵੀ ਚੋਰ ਖੜ੍ਹਾ। ਉਹ ਕਹਿੰਦੇ ਆ ਜਾਂਦੇ ਚੋਰ ਦੀ ਲਗੋਟੀ ਸਹੀ, ਜਿਹੜਾ 1000 ਦਿੰਦੇ ਆ ਇਹ ਲਓ, ਜਿਹੜੀ ਸ਼ਰਾਬ ਦੀ ਪੇਟੀ ਦਿੰਦੇ ਆ ਇਹਦੇ ਨਾਲ ਸਿਰ ਘੁਮਾਓ। ਹੈ ਤਾਂ ਚੋਰ ਹੀ, ਦੇਣਾ ਤਾਂ ਹੈ ਨਹੀਂ ਇਹਨਾਂ ਨੇ ਕੁਛ। ਪਰ ਜਿਸ ਵੇਲੇ ਤੁਸੀਂ ਉਹਨਾਂ ਨੂੰ ਇੱਕ ਜਰਨੈਲੀ ਸੜਕ ਬਣਾ ਕੇ ਦੇ ਦਿਓਗੇ, ਇਹ ਬਣਾਉਣੀ ਕਿਹਨੇ ਆ? ਸੂਝਵਾਨ ਲੋਕਾਂ ਨੇ। ਜਦੋਂ ਤੁਸੀਂ ਉਹਨਾਂ ਨੂੰ ਜਰਨੈਲੀ ਸੜਕ ਬਣਾ ਕੇ ਦੇਤੀ, ਲੋਕ ਲਿੰਕ ਰੋਡਾਂ ਛੱਡ ਦੇਣਗੇ। ਇਹਦੀ ਇੱਕ ਤਾਜ਼ਾ ਮਿਸਾਲ ਹੈ। ਹੁਣ ਤੁਸੀਂ ਕੀ ਸੋਚਦੇ ਆ ਵੀ ਅਸੀਂ ਜੱਟਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਆਉਂਦੀ ਹੈ? ਬਿਲਕੁਲ ਨਹੀਂ। ਅਸੀਂ ਕੁਛ ਤਾਂ ਅਕਾਲੀਆਂ ਨਾਲ ਹੈ, ਕੁਛ ਕਾਂਗਰਸੀਆਂ ਨਾਲ ਹੈ, ਕੁਛ ਅਸੀਂ ਆਮ ਆਦਮੀ ਪਾਰਟੀ ਦੇ ਪਾਛੂ ਹਾਂ। ਜਿਹੜੇ ਬਾਹਲੇ ਤਕੜੇ ਸਰਦਾਰ ਹੈ ਉਹ ਹੁਣ ਭਾਜਪਾ ਲੈ ਚਲੇ ਗਏ ਆ। ਠੀਕ ਹੈ, ਇਹ ਸਰਕਾਰ ਬਦਲੀ ਹੈ ਗਰੀਬ ਲੋਕਾਂ ਨੇ, ਉਹਨਾਂ ਨੇ ਪੈਸੇ ਵੀ ਦੂਜਿਆਂ ਤੋਂ ਲਏ ਆ, ਪਰ ਉਹਨਾਂ ਨੂੰ ਲੱਗਿਆ ਵੀ ਇਹ ਜਰਨੈਲੀ ਸੜਕ ਬਣ ਗਈ। ਭਗਵੰਤ ਸਿੰਘ ਮਾਨ ਆਮ ਬੰਦਾ ਹੈ ਜੀ, ਉਹ ਲੋਕਾਂ ਦੀ ਗੱਲ ਕਰੂਗਾ। ਇਹਨਾਂ ਨੇ ਠਾਠਾ ਵੋਟਾਂ ਪਾਤੀਆਂ, ਠੀਕ ਹੈ ਨਾ, ਪਰ ਉਹ ਤਾਂ ਪਹਿਲੇ ਦਿਨ ਤੋਂ ਹੀ ਚੋਰ ਸੀ ਪਾਰਟੀ, ਚੋਰਾਂ ਨੇ ਹੀ ਬਣਾਈ ਸੀ ਇਹ ਅਸਲ ਦੇ ਵਿੱਚ। ਸਿਆਣੇ ਲੋਕ ਉਦੋਂ ਸਮਝ ਗਏ ਸੀ ਜਦੋਂ ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਬਾਹਰ ਕੱਢਤਾ, ਪ੍ਰੋਫੈਸਰ ਆਨੰਦ ਕੱਢਤਾ, ਪ੍ਰੋਫੈਸਰ ਝਾਅ ਕੱਢਤਾ, ਠੀਕ ਹੈ ਨਾ ਜੀ। ਜਦੋਂ ਉਹ ਬੰਦੇ ਚੰਗੇ ਬੰਦੇ ਬਾਹਰ ਕੱਢਤੇ ਤਾਂ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਵੀ ਇੱਕ ਢਮ ਢੀਣਾ ਬਣਾ ਰਹੇ ਹੈ। ਅਸਲ ਦੇ ਵਿੱਚ ਕੀ ਹੈ ਕਿ ਜਿਸ ਤਰ੍ਹਾਂ ਮਤਲਬ ਚੌਂਕ 'ਚ ਆਪਾਂ ਖੜ੍ਹੇ ਹੁੰਦੇ ਹਾਂ, ਇੱਕ ਬੰਦਾ ਡੁਗਡੁਗੀ ਵਜਾਉਂਦਾ, ਉਹ ਕਹਿੰਦਾ ਵੀ ਜਿਹੜਾ ਸੱਪ ਹੈ ਉਹ ਚੂਹੇ ਦੀ ਸਵਾਰੀ ਕਰੂ। ਆਪਾਂ ਆਲੇ ਦੁਆਲੇ ਖੜ੍ਹ ਜਾਂਦੇ ਹਾਂ ਵੀ ਯਾਰ ਸੱਪ ਕਿਵੇਂ ਚੂਹੇ ਦੀ ਸਵਾਰੀ ਕਰੂ, ਹੈ ਨਾ। ਤਾਂ ਉਹ ਆਪਦੀ ਦੁਕਾਨਦਾਰੀ ਸਜਾ ਕੇ ਅਖੀਰ ਤੱਕ ਸੱਪ ਚੂਹੇ ਦੀ ਸਵਾਰੀ ਨਹੀਂ ਕਰਦਾ, ਪਰ ਉਹ ਇੱਧਰਲੀਆਂ ਉੱਧਰਲੀਆਂ ਗੱਲਾਂ ਕਰਕੇ ਰੁਪਈਆ ਉੱਥੋਂ 500-700 ਬਣਾ ਲੈਂਦਾ। ਇਸੇ ਤਰ੍ਹਾਂ ਇਹ ਪੋਲੀਟੀਕਲ ਪਾਰਟੀਆਂ ਵਾਲੇ ਕਰਦੇ ਆ। ਸੋ ਸਮੁੱਚੇ ਪੰਜਾਬ ਦੇ ਵਿੱਚ ਹੀ ਸਾਨੂੰ ਸਹਿਰਦ ਬੰਦੇ ਖੜ੍ਹੇ ਕਰਨ ਦੀ ਜ਼ਰੂਰਤ ਹੈ, ਔਰ ਉਹਦੇ ਲਈ ਬੁੱਧੀਜੀਵੀ ਜਿਹੜੇ ਹੈਗੇ ਆ। ਬੁੱਧੀਜੀਵੀ ਦਾ ਮਤਲਬ ਇਹ ਨਹੀਂ ਵੀ ਉਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੋਵੇ, ਬੁੱਧੀਜੀਵੀ ਉਹ ਨਹੀਂ ਹੁੰਦਾ। ਬੁੱਧੀਜੀਵੀ ਉਹ ਹੁੰਦਾ ਜਿਹੜਾ ਛੋਟੀਆਂ ਗੱਲਾਂ ਨੂੰ ਸਮਝਦਾ ਹੋਵੇ, ਅਤੇ ਛੋਟੀਆਂ ਗੱਲਾਂ ਨੂੰ ਸਮਝ ਕੇ ਛੋਟੇ ਛੋਟੇ ਦਿਮਾਗ ਵਾਲੇ ਬੰਦਿਆਂ ਨੂੰ ਸਮਝਾ ਸਕਦਾ ਹੋਵੇ, ਹੈ ਨਾ। ਉਹੋ ਜਿਹੇ ਬੁੱਧੀਜੀਵੀ ਪਿੰਡ ਦੀਆਂ ਸੱਥਾਂ 'ਚ ਬੈਠੇ ਹੈ, ਰਿਟਾਇਰ ਮੁਲਾਜ਼ਮ ਬੈਠੇ ਹੈ, ਠੀਕ ਹੈ ਜੀ, ਛੋਟੇ ਮੋਟੇ ਲਿਖਾਰੀ ਬੈਠੇ ਹੈ। ਪਰ ਗੱਲ ਕੇਵਲ ਇੰਨੀ ਹੈ ਵੀ ਇੱਥੇ ਨਾ ਅਸੀਂ ਹਿੰਮਤ ਨਹੀਂ ਕਰਦੇ। ਅਸੀਂ ਇਹ ਪੜ੍ਹਦੇ ਤਾਂ ਰਹੇ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਪਰ ਅਸੀਂ ਸਮਾਜਿਕ ਪ੍ਰਾਣੀ ਨਹੀਂ। ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਮੰਨ ਲਓ ਵੀ ਮਤਲਬ ਆਹ ਸੜਕ ਹੈ, ਇਸ ਸੜਕ ਦੇ ਉੱਤੇ ਆਪਾਂ ਸਾਰੀ ਉਮਰ ਜਿੰਨਾ ਚਿਰ ਜਿਉਂਦੇ ਰਹਿਣਾ ਆਪਾਂ ਇਸ ਸੜਕ 'ਤੇ ਚੱਲਣਾ। ਪਰ ਜਿੱਦਣ ਇਹ ਸੜਕ ਬਣੀ ਸੀ ਇਹਦੇ 'ਚ ਕਿੰਨੀ ਲੁੱਕ ਪਈ, ਕਿੰਨੀ ਬਜਰੀ ਪਈ, ਇੱਥੇ ਕਿਸੇ ਦੁਕਾਨਦਾਰ ਨੇ ਨਹੀਂ ਪੁੱਛਿਆ, ਕਿਸੇ ਸੜਕ 'ਤੇ ਕਾਰ ਚਲਾਉਣ ਵਾਲੇ ਨੇ ਨਹੀਂ ਪੁੱਛਿਆ ਜਿਹਦੇ ਪਿੰਡ ਨੂੰ ਇਹ ਜਾਂਦੀ ਹੈ, ਹੈ ਨਾ। ਸੋ ਅਸੀਂ ਸਮਾਜਿਕ ਕੰਮ ਨਹੀਂ ਕੀਤਾ। ਹਾਲਾਂਕਿ ਇਸ ਸੜਕ 'ਚ ਜਿਹੜੇ ਟੋਏ ਪਏ ਹੈ, ਜਿੱਦਣ ਸਾਡਾ ਸਕੂਟਰ ਉਹਦੇ 'ਚ ਵੱਜ ਕੇ ਰੀੜ੍ਹ ਦੀ ਹੱਡੀ ਟੁੱਟਣੀ ਹੈ, ਸਾਨੂੰ ਉਦਣ ਵੀ ਅਕਲ ਨਹੀਂ ਆਉਣੀ। ਸੋ ਇਸੇ ਤਰ੍ਹਾਂ ਅਸੀਂ ਸਕੂਲ ਬਾਰੇ ਨਹੀਂ ਸੋਚਿਆ, ਇਸੇ ਤਰ੍ਹਾਂ ਅਸੀਂ ਹਸਪਤਾਲ ਬਾਰੇ ਨਹੀਂ ਸੋਚਿਆ, ਇਸੇ ਤਰ੍ਹਾਂ ਅਸੀਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ ਨਹੀਂ ਖੜ੍ਹੇ। ਠੀਕ ਹੈ, ਜਦੋਂ ਕੋਈ ਬਹੁਤ ਵੱਡਾ
ਮਤਲਬ ਹਾਦਸਾ ਹੋ ਜਾਂਦਾ ਉਦੋਂ ਅਸੀਂ ਥੋੜ੍ਹਾ ਜਿਹਾ ਚਿਰ ਰਾਸਤੇ ਇਕੱਠੇ ਹੋ ਜਾਂਦੇ ਹਾਂ, ਮੁੜ ਕੇ ਫਿਰ ਅਸੀਂ ਮਤਲਬ ਆਪਦੇ ਚਿੱਤਰ ਝਾੜ ਕੇ ਘਰਾਂ ਨੂੰ ਤੁਰ ਜਾਂਦੇ ਹਾਂ। ਸੋ ਇਹਦੇ 'ਤੇ ਗੰਭੀਰ ਵਿਚਾਰ ਕਰਨ ਦੀ ਜ਼ਰੂਰਤ ਹੈ। ਭਾਵੇਂ ਮਹੀਨੇ 'ਚ ਇੱਕ ਦਿਨ ਹੀ ਪਿੰਡ 'ਚ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਉਹ ਇੱਕ ਦਿਨ ਹੀ ਆ ਕੇ ਮੀਟਿੰਗ ਕਰਨ, ਇੱਕ ਪਿੰਡ ਦੂਜੇ ਪਿੰਡ ਨਾਲ ਜੁੜੇ। ਇਸ ਧਰਤੀ 'ਤੇ ਬਾਬੇ ਨਾਨਕ ਨੇ ਅੱਧੀ ਦੁਨੀਆ ਗਾਹਤੀ, ਨਾ ਉਸ ਵੇਲੇ ਰਾਹ ਸੀ, ਨਾ ਰਸਤਾ ਸੀ, ਨਾ ਹੋਟਲ ਸੀ, ਨਾ ਢਾਬਾ ਸੀ, ਨਾ ਬਾਬੇ ਕੋਲ ਕਾਰ ਸੀ, ਨਾ ਮੋਟਰਸਾਈਕਲ ਸੀ, ਨਾ ਮੋਬਾਈਲ ਸੀ। ਅੱਜ ਤਾਂ ਯਾਰ ਆਪਾਂ ਇੱਥੇ ਖੜੇ ਹਾਂ, ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਹਾਂ, ਪੂਰੀ ਦੁਨੀਆ 'ਚ ਇਹ ਗੱਲ ਜਾ ਸਕਦੀ ਹੈ ਜੇ ਅਗਲੇ ਦੇ ਦਿਲ ਨੂੰ ਲੱਗੇ ਤਾਂ। ਸੋ ਜਿਸ ਧਰਤੀ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਹੋਈ, ਉਸ ਬੌਧਿਕ ਧਰਤੀ ਦੇ ਉੱਤੇ ਵੀ ਅਸੀਂ ਬੌਧਿਕ ਤੌਰ 'ਤੇ ਕੰਗਾਲ ਹੋ ਗਏ, ਹੈ ਨਾ। ਸੋ ਇਹਦੇ ਲਈ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਰਤ ਦੇ ਵਿੱਚ ਜੇ ਕੋਈ ਗੱਲ ਚੱਲਣੀ ਆ ਤਾਂ ਤੁਹਾਡੀ ਮਿੱਟੀ 'ਤੇ ਚੱਲਣੀ ਹੈ, ਤੁਹਾਡੀ ਧਰਤੀ ਤੋਂ ਚੱਲਣੀ ਆ, ਠੀਕ ਹੈ। ਸੋ ਇੱਥੇ ਅਸੀਂ ਇਹਨਾਂ ਚੋਣਾਂ ਦੇ ਵਿੱਚ ਹੀ ਕੁਛ ਕਰ ਲਈਏ, ਸੁਹਿਰਦ ਬੰਦਾ ਜਿਹੜਾ ਹੈਗਾ ਇੱਕ ਥਾਂ 'ਤੇ ਖੜਾ ਕਰ ਲਈਏ, ਉਹ ਇੱਕੋ ਹੀ ਵਾਅਦਾ ਕਰਦੇ ਬਸ ਵੀ ਅਗਲੀ ਆਉਣ ਵਾਲੀ ਸਰਕਾਰ ਯਾਰ ਤੁਹਾਨੂੰ ਇਮਾਨਦਾਰਾਂ ਦੀ ਬਣਾ ਕੇ ਦੇ ਦੇਵਾਂਗੇ, ਪਿੰਡ ਪਿੰਡ ਕਮੇਟੀਆਂ ਬਣਾ ਦੇਵਾਂਗੇ। ਤੁਸੀਂ ਬੰਦਾ ਖੜਾ ਕਰੋਗੇ, ਇੱਕ ਪਾਸੇ ਬਦਮਾਸ਼ ਮਾਫੀਏ ਖੜਾ ਕਰਨਗੇ, ਇੱਕ ਪਾਸੇ ਤੁਸੀਂ ਖੜਾ ਕਰੋ। ਕਰ ਰਹੇ ਹੋ ਤੁਸੀਂ ਫਿਰ ਇਸ ਵਾਰ ਖੜੇ ਬੰਦੇ? ਦੇਖੋ ਯਤਨ ਤਾਂ ਕਰਾਂਗੇ, ਕਰ ਰਹੇ ਹਾਂ, ਸੋਚ ਰਹੇ ਹਾਂ। ਕੱਲ੍ਹ ਵੀ ਰੋਡੇ ਪਿੰਡ 'ਚ ਮੀਟਿੰਗ ਹੋਈ ਸੀ, ਬੀਬੀ ਖਾਲੜਾ ਜੀ ਨਾਲ ਵੀ ਗੱਲ ਕਰ ਰਹੇ ਹਾਂ, ਹੈ ਨਾ, ਵੀ ਜੇ ਇੱਥੋਂ ਸ਼ਹੀਦ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ 'ਤੇ ਰੱਖੀ ਸੀ, ਉਹਨਾਂ ਦਾ ਬੇਟਾ ਜਾਂ ਬੇਟੀ ਉਹਨਾਂ ਨਾਲ ਰਾਬਤਾ ਕਰ ਰਹੇ ਹਾਂ, ਠੀਕ ਹੈ। ਇਸੇ ਤਰ੍ਹਾਂ ਬੀਬੀ ਖਾਲੜਾ ਜੀ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਆਪਦੀ ਜ਼ਿੰਦਗੀ ਕੁਰਬਾਨ ਕਰਤੀ, ਇਕੱਲੇ ਇਕੱਲੇ ਸ਼ਮਸ਼ਾਨ ਘਾਟ ਤੋਂ ਜਾ ਕੇ ਉਹਨਾਂ ਨੇ ਬੇਪਛਾਣੀਆਂ ਲਾਸ਼ਾਂ ਜਿਹੜੇ ਸੀ ਉਹਨਾਂ ਦੀ ਪਛਾਣ ਕਰਕੇ ਸਰਕਾਰਾਂ ਮੂਹਰੇ ਰੱਖੀ, ਪੂਰੀ ਦੁਨੀਆ ਦੇ ਮੂਹਰੇ ਰੱਖੀ, ਪਰ ਉਹ ਖੁਦ ਬੇਪਛਾਤੀ ਲਾਸ਼ ਬਣਾ ਦਿੱਤੇ ਗਏ। ਉਹਨਾਂ ਦੇ ਜਿਹੜੇ ਮੈਸੇਜ ਨੇ ਉਹਨਾਂ ਨੂੰ ਹੱਥ ਜੋੜ ਰਹੇ ਹਾਂ ਵੀ ਤੁਸੀਂ ਖੜੋ ਅਤੇ ਅਸੀਂ ਸਾਰੇ ਮਦਦ ਕਰਾਂਗੇ, ਜੇ ਕੋਈ ਨਹੀਂ ਖੜੇਗਾ ਤਾਂ ਫਿਰ ਅਸੀਂ ਯਤਨ ਕਰਾਂਗੇ। ਹਾਂਜੀ, ਕਿਹੜੀ ਪਾਰਟੀ ਦਾ ਮਤਲਬ ਗਠਨ ਕੀਤਾ ਗਿਆ ਜੀ, ਕੀ ਨਾਮ ਹੈ ਉਹਦਾ? ਦੇਖੋ ਪਾਰਟੀ ਤਾਂ ਬਣਾਈ ਹੈ ਸ਼ੇਰੇ ਪੰਜਾਬ ਅਕਾਲੀ ਦਲ, ਠੀਕ ਹੈ ਨਾ ਜੀ, ਅਤੇ ਮਤਲਬ ਉਹ ਹੁਣ ਚੱਲੂਗੀ ਤਾਂ ਹੀ ਨਾ ਜੇ ਲੋਕ ਸਮਝਣਗੇ ਤਾਂ, ਕਿਉਂਕਿ ਅਸੀਂ ਇਲੈਕਸ਼ਨ ਜਿਹੜੀ ਲੜਨੀ ਚਾਹੁੰਦੇ ਹਾਂ, ਅਸੀਂ ਲੜਨੀ ਚਾਹੁੰਦੇ ਹਾਂ ਮੁੱਦਿਆਂ 'ਤੇ। ਅੱਜ ਇਲੈਕਸ਼ਨਾਂ ਮੁੱਦਿਆਂ 'ਤੇ ਨਹੀਂ ਲੜੀਆਂ ਜਾ ਰਹੀਆਂ, ਇਲੈਕਸ਼ਨਾਂ ਇੱਕ ਦੂਜੇ 'ਤੇ ਚਿੱਕੜ ਸੱਟ ਕੇ ਲੜੀਆਂ ਜਾ ਰਹੀਆਂ। ਮਤਲਬ ਉਹ ਤੂੰ ਵੀ ਚੋਰ, ਤੂੰ ਵੀ ਚੋਰ, ਤੂੰ ਵੀ ਚੋਰ ਕਹਿ ਕੇ ਲੜੀਆਂ ਜਾ ਰਹੀਆਂ, ਵੀ ਮੈਂ ਵੀ ਹੈਗਾ ਤਾਂ ਹੈ ਪਰ ਮੈਂ ਘੱਟ ਚੋਰ ਹਾਂ, ਠੀਕ ਹੈ ਨਾ। ਹੁਣ ਦੇਖੋ ਸਾਨੂੰ ਸੋਚਣਾ ਪਏਗਾ, ਕਿੱਡਾ ਲੰਬਾ ਕਿਸਾਨ ਅੰਦੋਲਨ ਚੱਲਿਆ, ਠੀਕ ਹੈ, ਉੱਥੇ ਇੱਕ ਗੀਤ ਚੱਲਿਆ, ਤੈਨੂੰ ਦਿੱਲੀਏ ਨਹੀਂ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ। ਪਰ ਕਿਸਾਨ ਫੈਸਲੇ ਕਿੱਥੇ ਕਰੂਗਾ, ਸੜਕ 'ਤੇ ਬਹਿ ਕੇ ਜਾਂ ਉੱਥੇ ਕਰੂਗਾ ਜਿੱਥੇ ਫੈਸਲੇ ਹੁੰਦੇ ਆ? ਸੋ ਮਤਲਬ ਇਹ ਗੱਲ ਕਿਸਾਨ ਜਥੇਬੰਦੀਆਂ ਨੂੰ, ਮਜ਼ਦੂਰ ਜਥੇਬੰਦੀਆਂ ਨੂੰ, ਬੁੱਧੀਜੀਵੀ ਸੰਗਠਨਾਂ ਨੂੰ ਬੈਠ ਕੇ ਸੋਚਣੀ ਚਾਹੀਦੀ ਹੈ ਵੀ ਮਾਫੀਆ ਗਰੁੱਪ ਆਪਦਾ ਇੱਕ ਬੰਦਾ ਉਤਾਰਨਗੇ, ਇੱਕ ਬੰਦਾ ਆਪਾਂ ਲੋਕਾਂ ਵੱਲੋਂ ਉਤਾਰਾਂਗੇ, ਔਰ ਉਸ ਬੰਦੇ ਦੀ ਇਲੈਕਸ਼ਨ ਅਸੀਂ 50,000 ਰੁਪਈਏ ਇਕੱਠੇ ਕਰਕੇ ਲੜਾਂਗੇ। ਆਪਾਂ ਕਿੱਡੇ ਕਿੱਡੇ ਲੰਗਰ ਲਾ ਦਿੰਦੇ ਹਾਂ, ਕਿੱਡੇ ਕਿੱਡੇ ਗੁਰੂ ਘਰ ਉਸਾਰ ਦਿੰਦੇ ਹਾਂ, ਕਿੰਨਾ ਕਿੰਨਾ ਦਾਨ ਕਰ ਦਿੰਦੇ ਹਾਂ, ਠੀਕ ਹੈ ਨਾ। ਤੁਸੀਂ ਇੱਕ ਹੰਕਾਰ ਤਾਂ ਭਰੋ, ਇੱਕ ਪ੍ਰੋਗਰਾਮ ਬਣਾਓ ਕਿ ਪੰਜਾਬ ਨੂੰ ਚਾਹੀਦਾ ਕੀ ਹੈ, ਠੀਕ ਹੈ ਨਾ ਜੀ। ਮਨਰੇਗਾ ਦੀ ਦਿਹਾੜੀ ਕਿੰਨੀ ਚਾਹੀਦੀ ਹੈ, ਠੀਕ ਹੈ, ਫਸਲਾਂ ਦੇ ਭਾਅ ਕੀ ਚਾਹੀਦੇ ਆ, ਖੇਤੀ ਆਧਾਰਿਤ ਸਨਅਤਾਂ ਪੰਜਾਬ 'ਚ ਚਾਹੀਦੀਆਂ ਕਿ ਨਹੀਂ ਚਾਹੀਦੀਆਂ। ਸਵਾਲ ਇਹ ਹੈ ਵੀ ਪੰਜਾਬ ਸਰਕਾਰ ਕਰ ਕੀ ਰਹੀ ਹੈ? 18 ਮਹਿਕਮੇ ਆ ਖੇਤੀ ਨਾਲ ਜੁੜੇ ਹੋਏ, ਪਨਸਪ ਹੈ, ਪਨ ਗ੍ਰੇਨ ਹੈ, ਪਨ ਸੀਡ ਹੈ, ਵੇਅਰ ਹਾਊਸ ਹੈ, ਮਾਰਕ ਫੈੱਡ ਹੈ, ਮਿਲਕ ਫੈੱਡ ਹੈ, ਸ਼ੂਗਰ ਫੈੱਡ ਹੈ, ਕਿਹੜਾ ਮਹਿਕਮਾ ਕੰਮ ਕਰ ਰਿਹਾ ਮੈਨੂੰ ਦੱਸੋ। MSP ਤਾਂ ਆਪਾਂ ਨੂੰ 1966 ਦੀ ਮਿਲੀ ਹੋਈ ਹੈ, ਸਾਡੀ ਸਰਕਾਰ ਕੀ ਕਰ ਰਹੀ ਹੈ? ਖੇਤੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ। ਕਦੇ ਆਪਾਂ ਸੋਚਿਆ ਕਿ 1 ਕਿਲੋ ਝੋਨਾ ਤਿਆਰ ਕਰਨ ਵਾਸਤੇ 7,000 ਲੀਟਰ ਪਾਣੀ ਲੱਗ ਜਾਂਦਾ,
ਔਰ ਇੱਕ ਟਰਾਲੀ ਝੋਨੇ ਦੀ 2.5 ਲੱਖ ਰੁਪਈਏ ਦੀ ਆ ਤੇ ਪਾਣੀ ਉਹਦੇ ਚ 9 ਕਰੋੜ ਰੁਪਈਏ ਦਾ 20 ਰੁਪਈਆਂ ਦੀ ਪਾਣੀ ਦੀ ਬੋਤਲ ਮਿਲਦੀ ਹੈ। ਸਾਨੂੰ ਨਲਕੇ ਚੋਂ ਪਾਣੀ ਕੱਢ ਕੇ ਵਿਸ਼ਵਾਸ ਨਹੀਂ, ਸਾਨੂੰ ਇਹ ਆ ਵੀ ਇਹ ਗੰਦਾ ਹੈ, ਸਾਨੂੰ ਟੂਟੀ ਜਾ ਰਿਹਾ ਪਾਣੀ ਸਾਨੂੰ ਪਤਾ ਗੰਦਾ, ਠੀਕ ਹੈ, ਪੂਰੇ ਹਿਮਾਚਲ ਦਾ ਗੰਦ ਉਹਦੇ 'ਚ ਪੈ ਰਿਹਾ, ਪੂਰੇ ਚੰਡੀਗੜ੍ਹ ਦਾ ਲੁਧਿਆਣੇ ਦਾ ਗੰਦਾ ਨਾਲਾ ਉਹਦੇ 'ਚ ਪੈ ਰਿਹਾ, ਬੁੱਢਾ ਨਾਲਾ ਉਹਦੇ 'ਚ ਪੈ ਰਿਹਾ, ਉਹ ਗੰਦ ਹੈ। ਪਾਣੀ ਦੀ ਬੋਤਲ ਅਸੀਂ 20 ਰੁਪਈਆਂ ਦੀ ਖਰੀਦ ਰਹੇ ਹਾਂ, ਪਰ ਦੂਜੇ ਪਾਸੇ ਇਹ ਚਾਤਰ ਲੋਕਾਂ ਨੇ ਸਤਲੁਜ ਜਮਨਾ ਲਿੰਕ ਨਹਿਰ ਦਾ ਇੰਨਾ ਰੌਲਾ ਪਾਇਆ ਅਤੇ ਧਰਤੀ ਥੱਲੇ ਉਹ ਪਾਣੀ ਮੁਕਾਤਾ, ਹੈ ਨਾ। ਸੋ ਇਹਦੇ ਲਈ ਸਾਨੂੰ ਸੋਚਣਾ ਪਏਗਾ, ਫਸਲੀ ਵਿਭਿੰਨਤਾ ਹੋਵੇ, ਪਾਕਿਸਤਾਨ ਨਾਲ ਸਾਡਾ ਵਪਾਰ ਖੁੱਲ੍ਹੇ, ਠੀਕ ਹੈ, ਔਰ ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਣ। ਹੁਣ ਜੇ ਆਪਾਂ ਗਾਜਰਾਂ ਲਾਉਂਦੇ ਹਾਂ, ਮੰਨ ਲਓ ਹੁਣ ਗਾਜਰਾਂ ਹੁਸ਼ਿਆਰਪੁਰ ਵੀ ਹੋ ਜਾਂਦੀਆਂ, ਮੋਗੇ ਵੀ ਹੋ ਜਾਂਦੀਆਂ, ਇੱਥੇ ਮੁਕਤਸਰ 'ਚ ਵੀ ਹੋ ਜਾਂਦੀਆਂ, ਪਰ ਉਹਨੂੰ ਮਜਬੂਰੀ 'ਚ 3 ਰੁਪਈਏ ਕਿਲੋ ਵੇਚਣੀਆਂ ਪੈਂਦੀਆਂ। ਹੁਣ ਜੇ ਇੱਥੇ ਚੰਗੀਆਂ ਮੁਰੱਬੇ ਦੀਆਂ ਫੈਕਟਰੀਆਂ ਹੋਣ ਤਾਂ 2.5 ਸਾਲ ਮੁਰੱਬਾ ਪ੍ਰਜ਼ਰਵ ਕੀਤਾ ਜਾ ਸਕਦਾ, ਤਾਂ ਉਸ ਮੁਰੱਬੇ ਨੂੰ ਅਸੀਂ ਮੱਧ ਏਸ਼ੀਆ ਤੱਕ ਵੇਚ ਸਕਦੇ ਹਾਂ, ਕਰਾਚੀ ਰਾਹੀਂ ਤਾਂ ਵਪਾਰ ਹੋ ਸਕਦਾ, ਪਰ ਜੇ ਇੱਥੇ ਅਸੀਂ ਵਪਾਰ ਕਰਦੇ ਹਾਂ ਫਿਰ ਉਹ ਪਾਕਿਸਤਾਨ ਹੈ, ਸਾਡਾ ਦੁਸ਼ਮਣ ਹੈ, ਅਤੇ ਜੇ ਗੁਜਰਾਤ ਰਾਹੀਂ ਹੋ ਜੇ ਫਿਰ ਉਹ ਸਾਡਾ ਮਿੱਤਰ ਹੈ, ਠੀਕ ਹੈ ਨਾ। ਸੋ ਇਹਨਾਂ ਸਾਰੀਆਂ ਗੱਲਾਂ 'ਤੇ ਵਿਚਾਰ ਕਰਕੇ ਕਿਸਾਨ ਨੂੰ, ਮਜ਼ਦੂਰ ਨੂੰ, ਕਾਰੀਗਰ ਨੂੰ, ਦੁਕਾਨਦਾਰ ਨੂੰ, ਸਭ ਨੂੰ ਨਾਲ ਲੈ ਕੇ ਸਾਨੂੰ ਇੱਕ ਪੂਰਾ ਪਲਾਨ ਕਰਨਾ ਪਏਗਾ। ਐਜੂਕੇਸ਼ਨ ਜਿਹੜੀ ਹੈਗੀ ਆ ਉਹਦਾ ਕਿੰਨਾ ਮੰਦਾ ਹਾਲ ਹੈ, ਠੀਕ ਹੈ, ਤੁਸੀਂ ਮੈਨੂੰ ਦੱਸੋ ਵੀ ਸਰਕਾਰੀ ਟੀਚਰ ਦੀ ਤਨਖਾਹ ਸਭ ਤੋਂ ਵੱਧ ਹੈ ਕਿ ਨਹੀਂ ਹੈ, ਸਭ ਤੋਂ ਵੱਧ ਉਹਦੀ ਐਜੂਕੇਸ਼ਨ ਹੁੰਦੀ ਹੈ, ਪਰ ਬੱਚੇ ਅਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੇ ਹਾਂ, ਅਤੇ ਪੈਸਾ ਮਤਲਬ ਅਸੀਂ ਸਾਰੇ ਇਕੱਠੇ ਕਰਕੇ ਉਹਨੂੰ ਦੇ ਰਹੇ ਹਾਂ ਜਿਹੜਾ ਸਾਡਾ ਸਰਕਾਰੀ ਟੀਚਰ ਹੈ। ਸੋ ਸਰਕਾਰੀ ਟੀਚਰ ਜਿਹੜਾ ਹੈ ਉਹ ਤੋਂ ਅੱਛਾ ਕੰਮ ਲਿਆ ਜਾਵੇ ਕੇਵਲ ਅਤੇ ਕੇਵਲ ਪੜ੍ਹਾਉਣ ਦਾ, ਔਰ ਸਭ ਦੀ ਪੜ੍ਹਾਈ ਇੱਕੋ ਜਿਹੀ ਹੋਵੇ, ਸਕੂਲ ਇੱਕ ਹੋਵੇ, ਠੀਕ ਹੈ ਨਾ। ਹੁਣ ਜਿਹੜੇ ਤਾਂ ਤੱਪਣਾ ਵਾਲੇ ਸਕੂਲਾਂ 'ਚ ਪੜ੍ਹਦੇ ਆ ਅਤੇ ਦੂਜੇ ਪੰਨੇ 5000 ਰੁਪਈਆ ਫੀਸ ਦੇ ਕੇ ਪੜ੍ਹਦੇ ਆ, ਉਹਨਾਂ ਦਾ ਆਪਸ 'ਚ ਮੇਲ ਮਿਲਾਪ ਕਿਵੇਂ ਬਣੂਗਾ। ਸੋ ਐਜੂਕੇਸ਼ਨ ਸਭ ਨੂੰ ਇੱਕੋ ਜਿਹੀ ਹੋਣੀ ਚਾਹੀਦੀ ਹੈ, ਕਿਹੜੀ ਕਿਹੜੀ ਚੀਜ਼ ਸਾਨੂੰ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਪੂਰਾ ਚਾਰਟ ਜਿਹੜਾ ਹੈਗਾ ਉਹਨੂੰ ਬਣਾਉਣਾ ਚਾਹੀਦਾ, ਔਰ ਉਹ ਮੁੱਦਾ ਜਿਹੜਾ ਲੋਕਾਂ 'ਚ ਲੈ ਕੇ ਜਾਣਾ ਚਾਹੀਦਾ, ਔਰ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਆਪਾਂ ਆਪਣੇ ਵੱਲੋਂ ਬੰਦਾ ਖੜਾ ਕੀਤਾ ਬਦਮਾਸ਼ਾਂ ਦੇ ਖਿਲਾਫ਼, ਆਓ ਇਹਨੂੰ ਵੋਟ ਪਾਓ। ਮੈਂ ਕਹਿੰਦਾ ਜੇ 13 ਦੀਆਂ 13 ਨਾ ਪੰਜਾਬ 'ਚੋਂ ਜਿੱਤੀਆਂ ਤਾਂ ਕਹਿ ਦਿਓ ਜੇ, ਠੀਕ ਹੈ ਨਾ। ਹੁਣ ਸਿਰਹਾਣੇ ਥੱਲੇ ਬਾਹਰ ਰੱਖ ਕੇ ਆਪਾਂ ਇਕੱਲਾ ਭਾਸ਼ਣ ਹੀ ਦੇਈ ਜਾਂਦੇ ਹਾਂ, ਗੱਲਾਂ ਹੀ ਕਰੀ ਜਾਂਦੇ ਹਾਂ, ਤੁਸੀਂ ਮੈਨੂੰ ਵੀ ਕਹਿ ਸਕਦੇ ਹਾਂ ਵੀ ਮੈਂ ਭਾਸ਼ਣ ਦਿੱਤਾ, ਠੀਕ ਹੈ, ਪਰ ਮੈਂ ਪੰਜਾਬ ਦਾ 2000 ਪਿੰਡ ਕੱਢਿਆ, ਸਰਕਾਰੀ ਨੌਕਰੀ 11 ਸਾਲ ਰਹਿੰਦਿਆਂ ਛੱਡੀ ਹੈ, ਠੀਕ ਹੈ, 11 ਲੋਕਾਂ ਨੂੰ ਕਰਪਸ਼ਨ ਐਕਟ ਦੇ ਤਹਿਤ ਅੰਦਰ ਕਰਾਇਆ, 250 ਰੁਪਈਆ ਪੈਨਸ਼ਨ ਸੀ, ਅਪਾਹਜ ਦਿਵਿਆਂਗ ਲੋਕਾਂ ਨੂੰ ਨਾਲ ਲੈ ਕੇ 1500 ਕਰਾਈ ਹੈ, ਮੈਂ ਬਾਕੀ ਗੱਲਾਂ ਪਹਿਲਾਂ ਦੱਸ ਚੁੱਕਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਕੱਲਾ ਬੰਦਾ ਦੇਖੋ ਕੁਛ ਨਹੀਂ ਕਰ ਸਕਦਾ, ਲੋਕ ਰਾਜ ਦੇ ਵਿੱਚ ਸਮੂਹਕ ਸਮਝ ਕੰਮ ਆਉਂਦੀ ਹੈ। ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਹੈ ਤਾਂ 100-150 ਬੰਦਾ ਜੁੜੇ, ਅਤੇ ਜੇ ਲੋਕ ਸਭਾ ਹੈ ਤਾਂ 500-700 ਬੰਦਾ ਜੁੜ ਕੇ ਫੈਸਲਾ ਕਰੇ, ਪਰ ਫੈਸਲਾ ਮੈਰਿਟ ਦੇ ਆਧਾਰ 'ਤੇ ਹੋਣਾ ਚਾਹੀਦਾ। ਇਹ ਨਹੀਂ ਵੀ ਰਾਜੇਵਾਲ ਹੁਰੀ ਆ ਗਏ ਅਤੇ ਸਭ ਤੋਂ ਪਹਿਲਾਂ ਆਪਦੀ ਟਿਕਟ ਅਨਾਊਂਸ ਕਰ ਲਈ, ਇੱਦਾਂ ਨਹੀਂ, ਠੀਕ ਹੈ, ਬੰਦਾ ਮੈਰਿਟ ਦੇ ਆਧਾਰ 'ਤੇ ਲਿਆ ਜਾਣਾ ਚਾਹੀਦਾ। ਆਖਰੀ ਸਵਾਲ ਹੈ ਜੀ, ਚੰਡੀਗੜ੍ਹ ਮੋਰਚਾ ਸੀ ਬੰਦੀ ਸਿੰਘਾਂ ਦਾ, ਉਹਦਾ ਹੁਣ ਲੋਕਾਂ ਦੇ ਵਿੱਚ ਸਵਾਲ ਆ ਕਿ ਉਹਦਾ ਕੀ ਚੱਲ ਰਿਹਾ ਜੀ, ਬੜਾ ਲੰਮਾ ਸਮਾਂ ਹੋ ਗਿਆ ਲੱਗੇ। ਦੇਖੋ ਜਿਹੜਾ ਕੌਮੀ ਇਨਸਾਫ਼ ਮੋਰਚਾ ਹੈ ਉਹ ਪੂਰਾ ਜੋਬਨ 'ਤੇ ਗਿਆ, 8-8 ਕੁਇੰਟਲ ਦਾਲ ਹਰ ਰੋਜ਼ ਲੱਗਦੀ ਹੁੰਦੀ ਸੀ, 5-5, 7-7 ਹਜ਼ਾਰ ਬੰਦਾ ਆਉਂਦਾ ਸੀ, ਹਫ਼ਤੇ ਬਾਅਦ ਗੁਰੂ ਦੀ ਗੋਲਕ 5 ਲੱਖ ਰੁਪਈਆ ਹੋ ਜਾਂਦੀ ਸੀ, ਪਰਚੀਆਂ ਕਟਾਉਣ ਵਾਲੇ ਬੰਦੇ 2-2 ਲੱਖ ਰੁਪਈਆ ਸ਼ਾਮ ਨੂੰ ਦੇ ਜਾਂਦੇ ਸੀ। ਉਸ ਟਾਈਮ ਖਰਚਾ ਵੀ ਹੁੰਦਾ ਸੀ ਕਿਉਂਕਿ ਲਗਭਗ 400 ਘੋੜਾ ਸੀ ਔਰ ਇੱਕ ਘੋੜਾ ਜਿਹੜਾ ਹੈਗਾ ਉਹ ਤਕਰੀਬਨ 300 ਰੁਪਈਏ ਦੀ ਖੁਰਾਕ ਛੋਲੇ ਵਗੈਰਾ ਤੂੜੀ ਵਗੈਰਾ ਖਾਂਦਾ, ਟੈਂਟ ਤੰਬੂਆਂ 'ਤੇ ਬਹੁਤ ਪੈਸਾ ਖਰਚ ਹੁੰਦਾ ਸੀ, ਪਰ ਸਰਕਾਰ ਨੇ ਉਹਨੂੰ ਮੋਰਚੇ ਨੂੰ ਤਾਰਪੀਡੋ ਕਰਤਾ,
ਆਪਦੇ ਬੰਦੇ ਕੁਛ ਇਹੋ ਜਿਹੇ ਵਾਰਡ 'ਤੇ ਰੋਜ਼ ਹਰ ਰੋਜ਼ ਉੱਥੇ 10 ਤਾਂ ਮੋਬਾਈਲ ਹੀ ਚੋਰੀ ਹੁੰਦੇ ਸੀ। ਫਿਰ ਆਲੇ ਦੁਆਲੇ ਸਾਈਕਲ ਸਕੂਟਰਾਂ ਵਾਲਿਆਂ ਦੀਆਂ ਜੇਬਾਂ 'ਚੋਂ ਪੈਸੇ ਕੱਢੇ ਜਾਂਦੇ ਸੀ। ਜਿਹੜਾ YPS ਚੌਂਕ ਆ ਉਹਨੂੰ ਬੰਦ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ, ਅਗਲੇ ਪਾਸੇ ਦੋ ਸਕੂਲ ਸੀ, ਤਾਂ ਮੋਹਾਲੀ ਦੀ ਸੰਗਤ ਟੁੱਟਣੀ ਸ਼ੁਰੂ ਹੋ ਗਈ। ਸੋ ਮੋਰਚਾ ਕਿਵੇਂ ਨਾ ਕਿਵੇਂ ਇੱਕ ਬੰਦਾ ਉੱਥੇ, ਮਤਲਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਆ ਉੱਥੇ ਇੱਕ ਮੋਚੀ ਸਿੰਘ ਬੈਠਾ ਸੀ, ਠੀਕ ਹੈ ਜੀ। ਉਹ ਹਰੇਕ ਕਿਸਾਨ ਜਥੇਬੰਦੀ ਵਾਲਿਆਂ ਨੂੰ ਕਹਿੰਦਾ ਸੀ ਝੰਡਾ ਇੱਥੇ ਰੱਖ ਦਿਓ, ਤੁਸੀਂ ਝੰਡਾ ਨਹੀਂ ਅੰਦਰ ਲੈ ਕੇ ਜਾਣਾ। ਉੱਥੇ ਫਿਰ ਕਿਸਾਨ ਆਉਣੋਂ ਹਟ ਗਏ। ਹੁਣ ਝੰਡਾ ਆਪਾਂ ਨੂੰ ਕੀ ਤਕਲੀਫ ਦਿੰਦਾ? ਜੇ ਸਾਰੇ ਕਿਸਾਨਾਂ ਦੇ ਝੰਡੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੁੰਦੇ ਆ ਤਾਂ ਉਹਦੇ 'ਤੇ ਸਾਨੂੰ ਕੀ ਆਪਤੀ ਹੈ? ਸੋ ਇਹੋ ਜਿਹੇ ਨਿੱਕੇ ਨਿੱਕੇ ਬੰਦੇ, ਜਿਸ ਤਰ੍ਹਾਂ ਮੈਨੂੰ ਕਾਮਰੇਡ ਪ੍ਰਚਾਰਿਆ ਗਿਆ, ਮੇਰੀ ਫੋਟੋ KPS ਗਿੱਲ ਨਾਲ ਪਤਾ ਨਹੀਂ ਕਿੱਥੋਂ ਲਾ ਕੇ, ਉਹ ਇੱਕ ਕਾਮਰੇਡ ਮਰ ਚੁੱਕਿਆ ਜਿਹਦੀ ਫੋਟੋ ਲਾਈ ਗਈ ਸੀ। ਸੋ ਇਸ ਤਰ੍ਹਾਂ ਮੋਰਚਾ ਕਰ ਦਿੱਤਾ ਗਿਆ ਖਰਾਬ। ਦੂਜਾ, ਸਰਕਾਰਾਂ ਬੇਈਮਾਨ ਹੈ, ਸਰਕਾਰਾਂ ਨੇ ਇਨਸਾਫ ਨਹੀਂ ਦੇਣਾ, ਨਾ ਫਸਲਾਂ ਦੇ ਭਾਅ, ਨਾ ਬੰਦੀ ਸਿੰਘ ਰਿਹਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਇੱਕੋ ਇੱਕ ਹੈ ਕਿ ਪੰਜਾਬ ਦੇ ਵਿੱਚੋਂ ਹੀ ਇਨਸਾਫ ਦੀ ਅਤੇ ਇੱਕ ਚੰਗੀ ਲਹਿਰ ਕੋਈ ਉੱਠ ਸਕਦੀ ਹੈ, ਸਾਡੀਆਂ ਚੋਰਾਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ। ਪੰਜਾਬ ਨੂੰ ਇਨਸਾਫ ਨਾ ਦਿਓ, ਇਹਨਾਂ ਨੂੰ ਸੜਕਾਂ 'ਤੇ ਹੀ ਰੱਖੋ, ਇਹਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿਓ, ਹਿੰਦੂ ਅਤੇ ਸਿੱਖ ਨੂੰ ਲੜਾ ਕੇ ਰੱਖੋ, ਜਿਹੜਾ ਦਲਿਤ ਹੈ ਉਹਨੂੰ ਜ਼ਿਮੀਂਦਾਰ ਨਾਲ ਲੜਾ ਕੇ ਰੱਖੋ। ਸੋ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਆਪਦੇ ਏਜੰਡੇ 'ਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੀ ਹੈ। ਕਸਰ ਅਸੀਂ ਵੀ ਨਹੀਂ ਛੱਡਦੇ, ਜਥੇਬੰਦੀ ਇੱਕ ਚਾਹੀਦੀ ਸੀ, 31 ਸੀਗੀਆਂ ਜਿਸ ਵੇਲੇ ਆਪਾਂ ਮੋਰਚਾ ਲਾਇਆ, ਹੁਣ 65 ਕੁ ਬਣ ਗਈਆਂ। ਇਸੇ ਤਰ੍ਹਾਂ ਮਜ਼ਦੂਰਾਂ ਦੀਆਂ, ਇਸੇ ਤਰ੍ਹਾਂ ਮੁਲਾਜ਼ਮਾਂ ਦੀਆਂ। ਸੋ ਜਿੰਨਾ ਚਿਰ ਕੋਈ ਬਾਂਹ ਖੜੀ ਕਰਕੇ, ਮੈਂ ਤਾਂ ਤੁਹਾਡੇ ਜ਼ਰੀਏ ਅਪੀਲ ਕਰਦਾ ਕੋਈ ਕੋਈ 5, 7, 10, 11 ਸਾਧ ਹੀ ਇਕੱਠੇ ਹੋ ਜਾਣ, ਉਹ ਸਾਧ ਹੀ ਕਹਿ ਦੇਣ ਵੀ ਆਓ ਯਾਰ ਆਪਾਂ ਪੰਜਾਬ ਬਚਾਈਏ, ਠੀਕ ਹੈ। ਉਹ ਪਿੱਛੇ ਖੜ ਜਾਣ ਅਤੇ ਲੋਕਾਂ ਨੂੰ ਕਹਿਣ ਵੀ ਕਮੇਟੀਆਂ ਬਣਾ ਕੇ ਤੁਸੀਂ ਸਾਨੂੰ ਆਪਣੇ ਟੈਲੀਫੋਨ ਨੰਬਰ ਭੇਜੀ ਜਾਓ ਵੀ ਭਾਣੇ ਪਿੰਡ ਵਾਲਿਆਂ ਨੇ ਕਿਹੜੀ ਬਣਾਈ ਹੈ, ਮੱਲਵਾਲ ਨੇ ਕਿਹੜੀ ਬਣਾਈ ਹੈ। ਉਹ 3 ਦਿਨਾਂ 'ਚ ਬਣ ਜੂ ਯਾਰ, ਪਰ ਤੁਸੀਂ ਏਜੰਡਾ ਦਿਓ ਲੋਕਾਂ ਨੂੰ ਵੀ ਅਸੀਂ ਕਰਨਾ ਆ ਚਾਹੁੰਦੇ ਹਾਂ। ਤਾਂ ਗੁਰੂ ਮਹਾਰਾਜ ਕਿਰਪਾ ਕਰੇ, ਹੁਣ ਤਾਂ ਆਪਾਂ ਅਰਦਾਸ ਹੀ ਕਰ ਸਕਦੇ ਹਾਂ, ਹੈ ਨਾ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੱਬੀ ਜਾਓ ਤਾਂ ਉਹ ਜ਼ਰੂਰ ਉੱਠ ਕੇ ਖੜੀ ਹੁੰਦੀ ਹੈ। ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ, ਇਹ ਕਿਸੇ ਦਿਨ ਜ਼ਰੂਰ ਉੱਠ ਕੇ ਖੜਾ ਹੋਊਗਾ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ।